ਵੀਰੇ ਕੀ ਹਾਲ ਹੈ? ਵਧੀਆ ਜੀ, ਵਧੀਆ ਜੀ, ਦੱਸੋ ਠੀਕ ਆ? ਲੈ ਕਿੱਥੋਂ ਆਏ ਆਪਾਂ? ਸੁਖਪੁਰੇ ਤੋਂ ਜੀ। ਸੁਖਪੁਰੇ ਤੋਂ? ਤੇ ਕਿੰਨੀਆਂ ਬੱਕਰੀਆਂ ਲੈ ਕੇ ਆਏ ਮੰਡੀ? 45 ਬੱਕਰੀਆਂ ਜੀ। 45 ਬੱਕਰੀਆਂ? ਕਿੰਨੇ ਚਿਰ ਤੋਂ ਕੰਮ ਕਰ ਰਹੇ ਆਪਾਂ? ਹੋ ਗਏ 10-12 ਸਾਲ ਜੀ। ਦੁੱਧ ਵਾਲੀਆਂ ਬੱਕਰੀਆਂ ਕਿੰਨੀਆਂ ਨੇ ਆਪਣੇ ਕੋਲੇ? ਹੋਣਗੀਆਂ 30 ਬੱਕਰੀਆਂ ਜੀ। 30 ਬੱਕਰੀਆਂ ਦੁੱਧ ਵਾਲੀਆਂ ਕੀ ਨੇ? ਹਾਂਜੀ। ਦੁੱਧ ਦੀ ਕਿੰਨੀ ਕੁ ਐਵਰੇਜ ਆ ਇੱਕ ਬੱਕਰੀ ਦੀ? ਹੈਗਾ ਜੀ 5-5 ਕਿਲੋ ਦੀ। 5-5 ਕਿਲੋ ਇੱਕ ਟਾਈਮ ਦਾ? ਹਾਂਜੀ ਹਾਂ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਬਾਈ, ਆ ਬੱਕਰੀ ਇਧਰ ਨੂੰ ਕਰ, ਇਹਨੂੰ ਨਾਲ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ, ਇਹਦੇ ਬਾਰੇ ਕੀ ਜਾਣਕਾਰੀ ਦੇ ਰਹੇ ਹੋ? ਕਿੰਨੇ ਦੰਦਾਂ ਦੀ ਕਿੰਨੀ ਆ ਇਹ? 6 ਦੰਦ ਹੈ ਜੀ। 6 ਦੰਦ ਹੈ? ਸੂਈ ਹੋਈ ਹੈ? ਹਾਂ, ਨਾ ਸੂਣ ਵਾਲੀ ਹੈ, ਸੂਣ ਵਾਲੀ ਹੈ। ਕੱਪਣਾ ਜੀ ਕਦੋਂ ਸੂਈ ਹੈ? ਇਹਨੂੰ ਹੋ ਗਏ 3 ਮਹੀਨੇ ਦੀ ਗੱਭਣਾ ਜੀ। 3 ਮਹੀਨੇ ਦੀ ਗੱਭਣਾ ਹੈ? ਹਾਂਜੀ, 3 ਮਹੀਨਿਆਂ ਦੀ ਗੱਭਣ ਹੈਗੀ ਹੈ ਨਾ। ਇਹਦਾ ਕੀ ਮੁੱਲ ਆ ਆਪਣੇ ਬੱਕਰੀ ਦਾ? 80,000 ਰੁਪਏ ਜੀ। 80,000 ਰੁਪਇਆ? ਹਾਂਜੀ। ਥੋੜ੍ਹਾ ਮੋਟਾ ਘੱਟ ਵੱਧ ਕਰ ਲਓਗੇ? ਹਾਂਜੀ ਹਾਂਜੀ, ਮੌਕੇ ਦੇ। ਹਾਂਜੀ ਹਾਂ, ਠੀਕ ਹੈ। ਇਹ ਕਿਹੜੀ ਲਾਈਨ ਦੀ ਹੈ, ਕਿਹੜੀ ਬਰੀਡ ਆ ਇਹ? ਬਿੱਟਲ ਆ ਜੀ। ਬਿੱਟਲ ਹੈਗੀ ਆ, ਠੀਕ ਹੈ। ਆਹ ਕਰ ਉਹਨਾਂ ਨੂੰ ਆਪਾਂ ਤੇਰੀਆਂ ਦੇਖਦੇ ਹਾਂ ਬੱਕਰੀਆਂ 'ਚ ਬਾਈ। ਬੱਕਰੀਆਂ ਦੇਖੋ ਤੁਸੀਂ ਬਾਈ, ਨਾ ਬੱਕਰੀਆਂ ਐਨ ਬਹੁਤ ਵਧੀਆ ਕੱਦ ਕਾਠ ਇਹਦੇ ਕੋਲ ਬੱਕਰੀਆਂ ਦਾ। ਆ ਦੇ ਕੰਨ ਕੁੰਨ ਦੇਖੋ ਪੂਰਾ ਐਨ ਚੰਗੀ ਤਰ੍ਹਾਂ ਦਾ, ਇਹਦਾ ਦੇਖਾ, ਇਹਦਾ ਫੇਸ ਦੇਖਣਾ। ਲਾਲ ਡੱਬੀ ਹੈ ਇਹ? ਲਾਲ ਡੱਬੀ ਕਹਿੰਦੇ ਹੋ ਕਿ ਹੋਰ ਕਹਿੰਦੇ? ਲਾਲ ਡੱਬੀ ਹੈ ਜੀ। ਲਾਲ ਡੱਬੀ ਹੈ ਇਹ? ਦੰਦਾਂ ਦੀ ਕਿਵੇਂ ਇਹ? 6 ਦੰਦ ਦੀ ਹੈ, ਸਕੀਆਂ ਭੈਣਾਂ ਨੇ ਉਹਦੇ। ਦੋਵੇਂ ਸਕੀਆਂ ਭੈਣਾਂ ਨੇ? ਹਾਂਜੀ। ਕਵਾਂ ਦੀਆਂ ਨੇ? ਹਾਂਜੀ। ਇਹ ਕਿਵੇਂ ਗੱਭਣਾ ਇਹ? ਹਾਂ, ਇਹ ਵੀ ਗੱਭਣਾ। ਕਿੰਨੇ ਚਿਰ ਦੀ? 3 ਮਹੀਨੇ ਦੀ। 3 ਮਹੀਨੇ ਦੀ ਇਹਦੀ ਗੱਭਣ ਦੀ ਗਰੰਟੀ ਹੈ ਤੁਹਾਡੀ? ਹਾਂਜੀ ਹਾਂ, ਗਰੰਟੀ ਹੈ। ਠੀਕ ਹੈ, ਇਹਦਾ ਮੁੱਲ ਵੜੀ ਕੀ ਹੈ? ਉਹੀ ਮੁੱਲ ਵੜੀ ਹੈ ਜੀ ਇਹਦੇ। ਕਿੰਨਾ? 80,000 ਰੁਪਏ। 80,000 ਰੁਪਇਆ ਸਾਰਿਆਂ ਦਾ ਇੱਕੋ ਹੀ ਮੁੱਲ ਹੈ? ਜਿੰਨੀਆਂ ਵੀ ਮਾਰੇ ਪੱਠਾਂ ਨੇ? ਨਹੀਂ, ਦੂਜਿਆਂ ਦਾ। ਅੱਛਾ ਅੱਛਾ, ਇਹਦਾ ਕੀ ਮੁੱਲ ਆ? ਕਾਲੀ ਜੀ ਦਾ, ਲਾਲ ਕਾਲੀ ਜੀ ਕਿਵੇਂ ਇਹ? ਸੂਣ ਵਾਲੀ ਹੈ ਜੀ ਬਸ। ਇਹ ਸੂਣ ਵਾਲੀ ਹੈ? ਹਾਂ, ਦਿਨਾਂ ਦੀ। ਕਿੰਨਾ ਟਾਈਮ ਰਹਿੰਦਾ ਇਹਦਾ? ਇਹਦਾ ਬਸ 10-20 ਦਿਨ ਰਹਿੰਦਾ ਜੀ। ਉਹਨਾਂ ਨੂੰ ਕਰੀਏ ਮਾੜਾ ਜਿਹਾ, ਆ ਦੇਖੋ 10-20 ਦਿਨਾਂ 'ਚ ਸੂ ਪੈਣਾ ਬਾਈ। ਹਾਂ, ਇਹ ਕਿੰਨਵੇਂ ਸੂਏ ਸੂਣਾ ਇਹਨੇ ਹੁਣ? ਇਹਨੇ 4th ਸੂਏ ਹੋਣੇ। ਦੰਦਾਂ ਦੀ ਕਿਵੇਂ ਇਹ? 6 ਦੰਦ ਹੈ ਜੀ। 6 ਦੰਦ ਹੈ? ਤੇ ਇਹਦਾ ਮੁੱਲ? ਇਹਦਾ ਮੁੱਲ 55,000 ਰੁਪਏ। ਇਹਦਾ 55,000 ਆ? ਹਾਂਜੀ। ਇਹਦਾ ਮੁੱਲ ਘੱਟ ਕਾ ਤੋਂ? ਨਹੀਂ ਜੀ, ਵੈਸੇ ਬਸ। ਅੱਛਾ, ਕੋਈ ਕਾਰਨ ਹੋਊਗਾ? ਨਾ ਨਾ, ਕਾਰਨ ਕੋਈ ਨਹੀਂ ਜੀ। ਅੱਛਾ, ਫਿਰ ਉਹਦਾ 80,000, ਇਹਦਾ 55,000। ਇਹਨਾਂ ਦੀ ਕੁਆਲਿਟੀ ਵੱਧ ਵਧੀਆ ਜੀ, ਇਹਦੀ ਕੁਆਲਿਟੀ 'ਚ ਡਾਊਨ ਹੈ। ਹਾਂਜੀ, ਠੀਕ ਹੈ। ਤੇ ਇਹਦੇ 'ਚ ਹੋਰ ਹੈ ਮਾੜੀ ਮੋਟੀ ਰਾਇਤਾ? ਕਰਦੇ ਹਾਂ ਮੌਕੇ 'ਤੇ ਜੀ। ਮੌਕੇ 'ਤੇ ਹੋਊਗੀ। ਹੁਣ ਕਾਲੀ ਬਾਰੇ ਕੀ ਗੱਲਬਾਤ ਕਰ ਰਹੇ ਆਪਾਂ? ਕੀ ਕਹਿੰਦੇ ਉਹਦੇ ਬਾਰੇ? ਸੂਣ ਵਾਲੀ ਹੈ ਜੀ, 3 ਮਹੀਨੇ ਦੀ। ਦੰਦਾਂ ਦੀ ਕਿਵੇਂ? ਇਹ 8 ਦੰਦ ਆ ਜੀ ਪੂਰੇ। ਅਜੇ ਹਾਈਟ ਕਿੰਨੀ ਕਹਿ ਦੀ? ਹਾਈਟ ਮਿਲੀ ਨਹੀਂ ਜੀ ਕਿਤੇ। ਮਿਲੀ ਨਹੀਂ ਹੈਗੀ? ਹਾਂਜੀ। ਲੱਕ ਤੱਕ ਆਉਂਦੀ ਹੈ ਕਿ ਵੱਧ ਹੈ? ਲੱਕ ਤੱਕ ਆਉਂਦੀ ਜੀ, ਆਰਾਮ ਨਾਲ। ਦੇਖੀ ਖੜ ਕੇ ਲਵੇ, ਦਿਖਾਈ ਬਾਈ। ਆਹ ਦੇਖੋ, ਮੇਰੇ ਲੱਕ ਤੱਕ ਆਉਂਦੀ ਹੈ ਨਾ ਬਾਈ ਇਹ? ਹਾਂਜੀ ਹਾਂ। ਅੰਦਾਜ਼ਾ ਕਿੰਨੀ ਕਹੂਗੀ ਇਹ? ਮਿਲੀ ਨਹੀਂ ਜੀ ਕਿਤੇ, ਅੰਦਾਜ਼ੇ ਦਾ ਕੋਈ ਫਾਇਦਾ ਨਹੀਂ ਹੈ ਜੀ। ਵਧੀਆ ਕਰਦਾ ਬਾਈ ਆ ਦੇਖੋ। ਹਾਂਜੀ ਹਾਂ, ਬੱਕਰੀ ਆ ਬਾਈ ਦੇ ਮੋਢੇ ਤੱਕ ਆ ਗਈ ਹੈ ਨਾ। ਛੱਡ ਦੇ। ਇਹ ਕਿਵੇਂ ਹੈ? ਗੱਭਣਾ ਇਹ? ਹਾਂ ਜੀ, ਗੱਭਣਾ। ਉਹਦਾ ਕੀ ਮੁੱਲ ਕਰਦੇ ਆ ਕਾਲੀ ਦਾ? ਬਸ 8,000 ਰੁਪਇਆ ਜੀ। ਹੁਣ ਇਹਦੀ ਜਾਣਕਾਰੀ ਕਿਵੇਂ ਦੇ? ਇਹ ਬਾਲ ਜੀ ਜ਼ਿਆਦੇ ਨੇ ਦੂਜੇ ਬੱਕਰੀਆਂ ਨਾਲੋਂ? ਇਹਦਾ ਫਰਕ ਹੈ ਜੀ ਜ਼ਿਆਦਾ ਨਾਲ। ਇਹ ਕਿਹੜੀ ਜ਼ਿਆਦਾ ਦੀ ਇਹ? ਦੇਸੀ ਜ਼ਿਆਦਾ ਚ ਆ ਗਈ। ਦੇਸੀ ਜ਼ਿਆਦਾ ਬਾਲ? ਇਹ ਦੇਸੀਆਂ ਦੇ ਬਾਲ ਜ਼ਿਆਦੇ ਹੁੰਦੇ ਆ? ਹਾਂਜੀ ਹਾਂ। ਤੇ ਇਹ ਕਿੰਨੇ ਦੰਦਾਂ ਦੀ ਕਿਵੇਂ ਇਹ? ਇਹ 4 ਦੰਦ ਆ ਜੀ। 4 ਦੰਦ ਹੈ? ਹਾਂਜੀ। ਹੁਣ ਦੁੱਧ ਦਿੰਦੀ ਹੈ ਕਿ ਸੂਣ ਵਾਲੀ? ਸੂਣ ਵਾਲੀ ਆ ਜੀ, ਬਸ ਡੰਗ ਦਿਹਾੜੀ ਛੂਪਣਾ ਨੇ। ਅੱਛਾ, ਇਹਦਾ ਮਤਲਬ ਦਿਨੇ ਗਿਣਤੀ ਦੇ ਨੇ? ਹਾਂਜੀ ਹਾਂ, ਸੂ ਪੈਣਾ 1-2 ਦਿਨ। ਹਾਂਜੀ ਹਾਂਜੀ, ਠੀਕ ਹੈ। ਕਿੰਨੇਵੇਂ ਸੂਏ ਸੂਣਾ ਇਹਨੇ ਹੁਣ? ਇਹਨੇ 3ਜੇ ਸੂਏ ਸੂਣਾ ਜੀ। 3ਜੇ ਸੂਏ ਸੂਣਾ? ਹਾਂਜੀ। ਪਹਿਲਾਂ ਤੁਹਾਡੇ ਕੋਲੇ ਸੂੰਦੀ ਹੈ? ਹਾਂਜੀ ਹਾਂ, ਘਰ ਦੀਆਂ ਪੱਠਾਂ ਵਾਲੀਆਂ ਮਿਲਦਾ। ਦੁੱਧ ਕਿੰਨਾ ਕੁ ਦੇ ਰਹੀ ਹੈ ਇਹ? ਇਹ ਥੱਲੇ ਭਾਰ ਹੈਗਾ ਜੀ, 5-6 ਲੀਟਰ ਮੰਗਾ। 5-6 ਲੀਟਰ ਹੈਗਾ? ਹਾਂਜੀ, ਠੀਕ ਹੈ। ਤੇ ਇਹਦਾ ਮੁੱਲ ਕੀ ਕਰਦੇ ਆ? ਇਹਦਾ 80,000 ਰੁਪਏ ਮੁੱਲ ਹੈ ਜੀ। ਇਹਦਾ 80,000 ਰੁਪਇਆ? ਲਓ ਵੀ, ਬੱਕਰੀਆਂ ਬਾਈ ਕੋਲੇ ਬਹੁਤ ਨੇ, ਜੇ ਆਪਾਂ ਸਾਰਾ ਦਿਨ ਲੱਗੇ ਰਹੀਏ ਨਾ ਪੂਰਾ ਸਮਾਂ ਲੱਗ ਜੂ। 40-50 ਨਗ ਬਾਈ ਕੋਲੇ ਹੈਗੇ ਆ ਦੇਖੋ, ਸਾਰੀਆਂ ਬੱਕਰੀਆਂ ਵਧੀਆ ਕੁਆਲਿਟੀ ਦੇ ਨੇ। ਪੱਠਾ ਵੀ ਹੈਗੀਆਂ ਨੇ ਨਾ, ਮੇਮਣੇ ਵੀ ਹੈਗੇ ਨਾ ਬਾਈ? ਆ ਮੇਮਣੇ ਵੀ, ਛੋਟੀਆਂ ਪੱਠਾ ਵੀ ਹੈਗੀਆਂ ਨੇ, ਗੱਭਣਾ। ਅਤੇ ਇਹਨਾਂ ਕੋਲ ਬਹੁਤ ਵਧੀਆ ਮਾਲ ਆ ਦੇਖੋ, ਆਹ ਬੱਕਰੀਆਂ ਦੇਖੋ, ਸਾਰੀਆਂ ਬੱਕਰੀਆਂ ਇਹਨਾਂ ਕੋਲ, ਆ ਕਾਲੀਆਂ, ਆ ਸਾਰਾ ਜਿਹੜਾ ਮਾਲ ਆ ਇਹਨਾਂ ਦਾ ਇਹ। ਅਤੇ ਇਹ ਤੁਸੀਂ ਦੇਖ ਸਕਦੇ ਹੋ, ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਬਾਈ। ਇੱਧਰ ਦੁਬਾਰੇ ਫੇਰ ਦਿਖਾ ਦੇ ਬਾਈ ਦਾ, ਤੇਰਾ ਨਾਂ ਦੱਸ ਬਾਈ ਇੱਕ ਵਾਰੀ ਫੇਰ ਆਪਾਂ ਨੂੰ, ਹੈ ਨਾ? ਅਤੇ ਆਹ ਦਿਖਾ, ਇਹ ਕਿਵੇਂ ਆ? ਅੱਛਾ, ਬਰੀਡਰ ਹੈ। ਕਿੰਨੇ ਚਿਰ ਦਾ ਹੋ ਗਿਆ ਇਹ? 4 ਮਹੀਨੇ ਦਾ ਹੋ ਗਿਆ। 4 ਮਹੀਨੇ ਦਾ ਹੋ ਗਿਆ? ਘਰ ਦਾ ਹੀ ਇਹ? ਹਾਂ, ਘਰ ਦਾ ਹੀ ਹੈ। ਅੱਛਾ, ਵੱਡਾ ਵੀ ਹੈਗਾ ਆਪਣੇ ਕੋਲ? ਅੱਛਾ, ਬੱਕੇ ਬੜਾ ਪਿੰਡ ਗਿਆ ਬਾਈ। ਅੱਛਾ, ਵੱਡਾ ਲੈ ਕੇ ਨਹੀਂ ਆਈ? ਹਾਂਜੀ ਬਾਈ, ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤੇਰੇ ਨਾਲ ਸੰਪਰਕ ਕਰਨ ਦੀ, ਪਹਿਲਾਂ ਤੇਰਾ ਨਾਂ ਦੱਸ। ਮੇਰਾ ਨਾਂ ਕਾਕਾ ਜੀ। ਪਿੰਡ ਕਿਹੜਾ? ਸ਼ੌਕਪੁਰ। ਮੋਬਾਈਲ ਨੰਬਰ? ਮੋਬਾਈਲ ਨੰਬਰ ਨਹੀਂ ਹੈਗਾ। ਮੋਬਾਈਲ ਨੰਬਰ ਫਿਰ ਤੈਨੂੰ ਭਾਲਾਂ ਕਿਹੜਾ? ਤੇਰੇ ਜ਼ਿਆਦਾ ਨੰਬਰ ਤੇਰਾ? ਹਾਂ, ਮੇਰੇ ਵਾਲਾ ਹੈਗਾ 6285। ਇੱਥੇ ਆਓ, ਕੋਲੇ ਆ ਜਾ, ਇੱਕ ਮਿੰਟ। ਹਾਂ, ਅੱਛਾ, ਬਾਈ ਦਾ ਹੈਗਾ ਪਿੰਡ ਸੁਖਪੁਰਾ। ਬਾਈ, ਮੋਬਾਈਲ ਨੰਬਰ ਦਿਓ ਕਿਸੇ ਨੂੰ ਜ਼ਰੂਰਤ ਹੁੰਦੀ ਹੈ। 6285 0-32-0-32। ਦੁਬਾਰੇ ਫਿਰ ਬੋਲ ਦਿਓ। 6285 ਅਤੇ 0-32 ਫਿਰ 0 ਫਿਰ 6। ਲਓ ਜੀ, ਨੰਬਰ ਨੋਟ ਕਰ ਲਓ। ਬੱਕਰੀਆਂ ਬਾਈ ਕੋਲੇ ਬਹੁਤ ਵਧੀਆ ਨੇ, ਭਾਵੇਂ ਇੱਕ ਵਾਰੀ ਹੋਰ ਦਿਖਾ ਦੇ ਬਾਈ। ਸੁਖਪੁਰਾ ਪਿੰਡਾ ਵੀਰ ਦਾ ਕਿਸੇ ਵੀਰ ਨੂੰ ਜ਼ਰੂਰਤ ਹੈ,